ਕਾਰ ਟਰੈਕਟਰ ਜ਼ੋਨ ਉਹ ਫਿਰ ਪਤਾ ਚਲਾ ਗਿਆ ਉਹਨੂੰ ਕਿਹਾ ਵਾਉਣੀ ਹੈ ਉਧਰ ਕਾਰ ਹੈ ਗਾਣ ਦੇ ਅੱਛਾ ਇਹ ਹੱਲਾ ਤੇਰਾ ਤੇਰਾ ਦਾ ਕਲਟੀਵੇਟਰ ਹੈ ਫੀਅਟ 650 750 1954 ਦਾ ਮਾਡਲ 64 ਹਾਰਸ ਪਾਵਰ ਸਾਰੀ ਅਜ਼ੀਮ ਲਾਈ ਚਲਾਉਣ ਦੇਖਣ ਵਾਸਤੇ ਅੱਜ ਆਏ ਹੋਏ ਆ ਬਾਬਲ ਨਗਰ ਦੇ ਲਾਗੇ ਕਿਤੇ ਬੜਾ ਵੱਡਾ ਜਿਹਾ ਟਰੈਕਟਰ ਹੈ ਪਲੰਜਰੀ ਪੰਪ ਇਹਨੂੰ ਲੱਗਾ ਹੋਇਆ 18 ਦਾ ਪਿੱਛੇ ਟਾਇਰ ਆ 750 20 ਦਾ ਅੱਗੇ ਟਾਇਰ ਆ ਰੂਸੀ ਵਾਲਾ ਗਲੌਂਡ ਗਰਾਊਂਡ ਕਲੀਅਰੈਂਸ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਬੜੀ ਆਪਣਾ ਉੱਚੀ ਹੈ ਯਾਨੀ ਉੱਚਾ ਟਰੈਕਟਰ ਹੈ 85 ਤੋਂ ਵੀ ਢੇਰ ਉੱਚਾ ਟਰੈਕਟਰ ਹੈ 13 ਦੇ ਕਲਟੀਵੇਟਰ ਹੈ ਗੇਅਰ ਇਹਦੇ ਕਾਫੀ ਸਾਰੇ ਨੇ PTO ਦੇ ਮਾਮਲੇ 'ਚ ਕਹਿੰਦੇ ਕੋਈ ਚੰਗੇ ਨੇ ਇਹ ਢੇਰ ਚੰਗੇ ਨੇ 1947 ਤੋਂ ਬਾਅਦ ਦਾ ਕੋਈ ਟਰੈਕਟਰ ਹੈ 1955 ਦਾ ਜੀ ਸਨ 55 ਦਾ ਜੀ ਹਾਂਜੀ ਹਾਂਜੀ ਹਾਂ ਬ੍ਰੇਕ ਉਹ ਕੰਮ ਹੋਣਾ ਤੇਰਾਂ ਦਾ ਕਲਟੀਵੇਟਰ ਪਾ ਕੇ ਚੰਗਾ ਲਾ ਕੇ ਖਿੱਚਦਾ ਇੱਧਰ ਵੇਖੋ ਇਹ ਰੂਸੀ ਦੇ ਕਰੀਬ ਕਰੀਬ ਇਹਦਾ ਵੇਟ ਆ ਵਜ਼ਨ ਜਿਹਨੂੰ ਕਹਿੰਦੇ ਆਪਾਂ ਅਤੇ ਹਾਂਜੀ ਫਿਰ ਉਹਦੇ ਨਾਲ ਚੈੱਕ ਨਟ ਵੀ ਲਾਇਆ ਯਾਨੀ ਚੈੱਕ ਨਟ ਖੋਲ ਕੇ ਆਪਾਂ ਕਟਰ ਪਲੰਜਰੀ ਪੰਪ ਆ 4 ਸਿਲੰਡਰ ਹਾਂਜੀ ਫਿਰ ਇਹਦਾ ਹਾਈਡ੍ਰੌਲਿਕ ਦਾ ਗੇਅਰ ਲਹਿਦਾ ਆ ਗੇਅਰ ਦਾ ਲਹਿਦਾ ਆ 55 ਮਾਡਲ ਹੋ ਕੇ ਵਾਹ ਹਲੇ ਇਹਦੀ ਜੈਨੂਇਨ ਸ਼ੋਅ ਆ ਵੈਰੀ ਗੁੱਡ ਡਬਲ ਕਲਾਚ ਆ ਜੈਨੂਇਨ ਸ਼ੋਅ ਆ ਹਲੇ ਟਰੈਕਟਰ ਦੀ ਇਹ ਟਰੈਕਟਰ ਵੇਖਣ ਵਾਸਤੇ ਅੱਜ ਬਹੁਤ ਪੈਂਡਾ ਕੀਤਾ ਜੀ ਭਾਈ ਅਜ਼ੀਮ ਲਾਈ ਨੂੰ ਪਸੰਦ ਸੀਗਾ ਅਤੇ ਕਹਿੰਦੇ ਇੱਕ ਵਾਰੀ ਦੇਖ ਕੇ ਆਉਣਾ ਫਿਰ ਅਸੀਂ ਨਿਕਲੇ ਸੀ ਇਹਦੇ ਵਾਸਤੇ ਅੱਛਾ ਦੇਖ ਲਓ ਹਾਈਡ੍ਰੌਲਿਕ ਫਿੱਟ ਆ ਹੁਣ ਦੇ ਜਿਹੜੇ ਫੀਏਟ ਆ ਉਹਨਾਂ ਨੇ ਇੱਕ ਦੂਸਰੀ ਵਾਰੀ ਚੱਕੋ ਹਾਂ ਉਹ ਪਤਾ ਹੀ ਹਾਈਡ੍ਰੌਲਿਕ ਕੀ ਕਰਨ ਲੱਗ ਜਾਂਦਾ ਕੀ ਕਰਦਾ ਸਹੀ ਗੱਲ ਜਿਵੇਂ ਮਜ਼ਬੂਤ ਟਰੈਕਟਰ ਆ ਵੀਡੀਓ ਦਾ ਗੇਅਰ ਪਿੱਛੇ ਲਹਿਦਾ ਦਿੱਤਾ ਗਿਆ ਵੈਰੀ ਗੁੱਡ ਵੈਰੀ ਗੁੱਡ 5000 ਕੇਜੀ ਵੇਟ ਹੈ 380 ਕਿਲੋ 380 ਪੱਤਰੀ ਤੇ ਲਿਖਿਆ ਅੰਗਰੇਜ਼ ਨੇ ਲਿਖਿਆ ਮੈਂ ਕੋਈ ਨਹੀਂ ਲਿਖਿਆ ਦੇਖ ਸਕਦੇ ਅੰਗਰੇਜ਼ ਝੂਠ ਨਹੀਂ ਬੋਲਦਾ ਬਹੁਤ ਬੜਾ ਵੱਡਾ ਟਰੈਕਟਰ ਸਿੱਧੂ ਸਾਹਿਬ ਹਾਂ ਦੇਖ ਸਕਦੇ ਫਿਰ ਬਾਅਦ ਮੜੀ 'ਚ ਬਣਾਈ ਯਾਰ ਮੈਂ ਉੱਥੇ ਤਾਂ ਪਾਵਾਂ ਬਣਦੀ ਪਈ ਹੈ ਬਣਦੀ ਪਈ ਹੈ ਬਣਦੀ ਪਈ ਹੈ ਟਾਈਮ ਤੋਂ